ਸਲਾਮ ਵਾਲੇਕੁਮ ਦੋਸਤੋ, ਕੀ ਹਾਲ ਚਾਲ ਹੈ ਜਨਾਬ? ਠੀਕ ਠਾਕ ਹੋ? ਸਿਹਤਾਂ ਤਬੀਤਾਂ ਜੋਜਾ ਨੇ? ਲਓ ਹਾਂ ਵੀਰ ਜੀ, ਇਹ ਕੋਈ 35 ਕੀ ਪੀਸ ਆਏ ਨੇ ਕਬੂਤਰ। ਇਹ 20 ਪੀਸ ਮੈਂ ਅਲੱਗ ਅਲੱਗ ਕੱਢਣ ਲੱਗਾ, ਵਿੱਚੇ ਜੋੜਿਆਂ ਵਾਲੇ ਨੇ। ਇਕੱਠੇ ਅਗਰ ਲੈਣੇ ਹੋਏ ਤਾਂ ਵੀ, ਜੇ ਇਕੱਲੇ 15 ਤਾਂ 10-20 ਲੈਣੇ ਹੋਏ ਤਾਂ ਵੀ, ਵੀਡੀਓ ਇਕੱਠੀ ਇੱਕੋ ਹੀ ਬਣਾਵਾਂਗਾ। ਠੀਕ ਹੈ, ਇਹ 15 ਕੀ ਪੀਸ ਥੱਲੇ ਨੇ, ਥੱਲੇ ਵਾਲਿਆਂ ਵਿੱਚ ਜੋੜਾ ਹੈ ਚੈਂਪੀਅਨ ਜੋੜਾ ਹੈ, ਅਗਲਿਆਂ ਦਾ ਉੱਡੇ ਅਡਾਇਆ ਰੰਗ ਲੱਗਿਆ ਪਿਛਲੇ ਸੀਜ਼ਨ ਦਾ। ਠੀਕ ਹੈ, ਮੁਕੰਮਲ ਛੱਤ ਚੁੱਕੀ ਸੀ ਪਰਵਾਜ਼ੀ ਕਬੂਤਰ ਉਹਨਾਂ ਦੇ ਵੀਰ ਜੀ, ਦੋਸਤਾਂ ਵੀ ਕੋਹ ਚੁੱਕਿਆ ਲੈ ਗਏ ਸਨ। ਠੀਕ ਹੈ, ਇਹ ਕਬੂਤਰ ਜਿਹੜੇ ਉਹਨਾਂ ਨੇ ਪੁਰਾਣੇ ਕਬੂਤਰ ਜਿਹੜੇ ਉੱਡੇ ਨੇ ਉਹਨਾਂ ਦੇ, ਉਹ ਕਬੂਤਰ ਉਹਨਾਂ ਨੇ ਵਿੱਚੋਂ 2 ਹੀ ਦਿੱਤੇ ਨੇ, ਬਾਕੀ ਉਹਨਾਂ ਨੇ ਕਿਹਾ ਸੀ ਆਪਣੇ ਇੱਕ ਦੋਸਤ ਆ ਉਹਨਾਂ ਨੇ ਦੇਣੇ, ਹੁਣ ਇਹ ਕਬੂਤਰ ਦੇਖਦੇ ਜਾਇਓ। ਸਿਮਟੀ ਅੱਖ ਦਾ ਕਬੂਤਰ ਹੈ, ਬੜਾ ਅੱਛਾ ਕਬੂਤਰ ਹੈ, ਮੇਰੇ ਖਿਆਲ ਮਾਦੀ ਲੱਗਦੀ ਹੈ ਮੈਨੂੰ। ਠੀਕ ਹੈ, ਬੜੀ ਮੁਨਾਸਿਬ ਕੀਮਤ ਦੇ ਵਿੱਚ ਨੇ, 35 ਪੀਸ ਅਗਰ ਇਕੱਠੇ ਲਵੋ, ਜੇ ਅਗਰ ਖਾਲੀ ਹੈ ਹਲੇ 20 ਪੀਸ ਲਵੋ, ਅਤੇ ਇਹਦਾ ਵੀ ਮੈਂ ਰੇਟ ਦੱਸ ਛੱਡਦਾ ਹੁਣ। ਵੇਖੋ ਮਾਸ਼ਾਅੱਲਾ, ਬੜਾ ਚੰਗਾ ਪਕੜਿਆ, ਬੜਾ ਅੱਛਾ ਕਬੂਤਰ, ਇਹਦਾ ਲੱਗਦਾ ਕਿਸੇ ਦੀ ਜਾਨ ਨਿਕਲ ਗਈ ਹੈ। ਇਹ ਵੇਖੋ ਮਾਸ਼ਾਅੱਲਾ, 2 ਪੀਸ ਹੋ ਗਏ ਵੀਰ ਜੀ। ਵੀਡੀਓ ਥੋੜ੍ਹੀ ਲੰਮੀ ਹੋ ਜਾਏਗੀ, ਵੀਡੀਓ ਮੁਕੰਮਲ ਦੇਖਣੀ ਹੈ। ਠੀਕ ਹੈ, ਇੱਕ ਇਹ ਕਬੂਤਰ ਗੋਲ ਹੋਏ ਆ, ਇਹ ਵੇਖੋ ਮਾਸ਼ਾਅੱਲਾ, ਬੜੀ ਕਮਾਲ ਦੀ ਪਵਾ ਰਹੀ ਹੈ। ਇਹ ਵੇਖੋ, ਬੜਾ ਅੱਛਾ ਕਬੂਤਰ ਹੈ ਮਾਸ਼ਾਅੱਲਾ, ਵੀ ਪਕੜਦਾ ਕਬੂਤਰ। ਠੀਕ ਹੈ ਜੀ, ਇਹ ਕਬੂਤਰ ਨੇ, ਬਾਕੀ ਉਹਨਾਂ ਦੇ ਘਰ ਦੇ ਜਿਹੜੇ ਪਕੜਦੇ ਕਬੂਤਰ, ਉਹਨਾਂ ਨੂੰ ਰੰਗ ਲੱਗਿਆ ਹੋਏਗਾ। ਇਹ ਪੁਰਾਣਾ ਵੈਸੇ, ਇਹ ਪੁਰਾਣਾ ਨਵਾਂ ਰੰਗ ਦੇਣਾ। ਉਹ ਕਬੂਤਰ ਦੇਖੋ ਮਾਸ਼ਾਅੱਲਾ, ਬੜਾ ਅੱਛਾ ਕਬੂਤਰ ਹੈ। ਠੀਕ ਹੈ, ਇਹ ਕਬੂਤਰ ਦੇਖੋ ਵੀਰ ਜੀ, ਜੋੜਿਆਂ ਦਾ ਬੜੇ ਅੱਛੇ ਕਬੂਤਰ ਵਿੱਚ ਭਰਾਵਾਂ ਦੇ ਜੋੜੇ ਬਣ ਜਾਣਗੇ, ਤਾਂ ਰੇਟ ਵੀ ਕੁਝ ਵੀ ਨਹੀਂ। ਇਹ ਮਾਦੀ ਦੇਖੋ ਮਾਸ਼ਾਅੱਲਾ ਜੀ, ਛੱਡੋ ਜੀ, ਇਹਨਾਂ ਦਾ 6 ਪੀਸ ਹੋ ਗਏ। ਇਹ ਡੈਡੀ ਕਬੂਤਰ ਦੇਖੋ ਮਾਸ਼ਾਅੱਲਾ ਜਨਾਬ, ਛੱਡੀ ਜਾਓ, ਛੱਡੀ ਜਾਓ, 7 ਕਬੂਤਰ ਹੋ ਗਏ। ਵੀਰ ਜੀ, ਅਸਲ ਨਾ ਥੋੜ੍ਹੀ ਤਬੀਅਤ ਗੜਬੜ ਹੈ। ਇਹ ਦੇਖੋ ਮਾਸ਼ਾਅੱਲਾ, ਅੱਜ ਇੱਕੋ ਹੀ ਵੀਡੀਓ ਲਗਾਵਾਂਗੇ। ਇਹ ਦੇਖੋ ਮਾਸ਼ਾਅੱਲਾ, ਇਹ ਐਵੀ ਮਾਦੀ ਚੈੱਕ ਕਰੋ ਮਾਸ਼ਾਅੱਲਾ ਜਨਾਬ, ਇਹ ਨਜ਼ਰ ਮਾਰੋ, ਬੜਾ ਇਹ ਕਬੂਤਰ ਹੈ, ਹੱਥ ਵਿੱਚ ਨਹੀਂ ਆਉਂਦਾ ਇਤਨਾ ਕੀ ਵਜੂਦ ਇਸ ਕਬੂਤਰ ਦਾ। ਇਹ ਦੇਖੋ ਮਾਸ਼ਾਅੱਲਾ, ਲੈਂਥ ਵੀ ਦੇਖੋ, ਕਬੂਤਰ ਵੀ ਦੇਖੋ, ਛੱਡੋ ਜੀ, ਇਹ ਕਬੂਤਰ ਦੇਖੋ ਮਾਸ਼ਾਅੱਲਾ, ਕਿੰਗ ਕਬੂਤਰ ਹੈ ਮਾਸ਼ਾਅੱਲਾ, ਜੋੜਿਆਂ ਵਾਲਾ ਕਬੂਤਰ ਹੈ। ਹੁਣ ਇਹ ਕਬੂਤਰ ਵੀ ਜੋੜਿਆਂ ਵਾਲਾ, ਪੁਰਾਣੇ ਫਿਰੋਜ਼ਪੁਰੀਆਂ ਕਬੂਤਰਾਂ ਵਿੱਚੋਂ ਹੈ। ਇਹ ਵੇਖੋ ਮਾਸ਼ਾਅੱਲਾ, ਛੱਡੋ ਜੀ, ਇਹ ਨਜ਼ਰ ਮਾਰੋ, ਇਹ ਇੱਕ ਪੱਠਾ ਜਨਾਬ, ਸਬਜ਼ ਮੋਤੀਆਂ ਵਾਲਾ, ਬੜੇ ਅਰਸੇ ਬਾਅਦ ਆਏ ਨੇ ਕਬੂਤਰ, ਸਬਜ਼ ਮੋਤੀਆਂ ਵਾਲਾ ਪੱਠਾ ਮਾਸ਼ਾਅੱਲਾ ਜੀ, 3, 3, 6, 3, 9, 3, 12 ਪੀਸ ਹੋ ਗਏ। ਲੋ ਹਾਂ ਜਨਾਬ, ਗੋਲਡਨ ਕਬੂਤਰ ਮਾਸ਼ਾਅੱਲਾ ਜਨਾਬ, ਬਰੀਡਰ ਹੈ ਬਾਬਾ, ਇਹ ਵੇਖੋ ਮਾਸ਼ਾਅੱਲਾ ਜੀ, ਬਰੀਡਰ ਕਬੂਤਰ ਹੈ, 13 ਪੀਸ। ਇਹ ਇੱਕ ਮਾਦੀ ਚੈੱਕ ਕਰੋ ਮਾਸ਼ਾਅੱਲਾ ਜਨਾਬ, 14 ਪੀਸ, ਉਹ ਉੱਪਰ ਚੜ ਗਈ। ਇੱਕ ਕਬੂਤਰ ਦੇਖੋ ਮਾਸ਼ਾਅੱਲਾ ਜਨਾਬ, 15 ਪੀਸ ਮਾਸ਼ਾਅੱਲਾ ਜੀ। ਇੱਕ ਮਾਦੀ ਚੈੱਕ ਕਰੋ ਮਾਸ਼ਾਅੱਲਾ ਜਨਾਬ, 16 ਪੀਸ ਹੋ ਗਏ। ਇਹ ਕਬੂਤਰ ਦੇਖੋ, ਪੁਰਾਣੀ ਨਸਲ ਦਾ ਕਬੂਤਰ ਹੈ ਮਾਸ਼ਾਅੱਲਾ ਜਨਾਬ। ਇਹ ਦੇਖੋ ਮਾਸ਼ਾਅੱਲਾ, ਛੱਤ ਵਾਲਿਆਂ ਵਿੱਚੋਂ ਕ੍ਰਾਸ ਕਬੂਤਰ ਹੈ, ਬੜਾ ਅੱਛਾ ਕਬੂਤਰ ਹੈ। ਇੱਕ ਪੱਠੀ ਦੇਖੋ ਮਾਸ਼ਾਅੱਲਾ ਜੀ, ਮਨ ਤਾਂ ਲੱਗਦਾ ਜ਼ੀਰੇ ਦੀ ਵੀ ਹੈ,
ਨਾ ਚੰਗੀ ਹੋ ਗਈ ਥੋੜ੍ਹੀ ਕਮਾਲ ਦੇ ਪੱਖੀ ਇਹ ਵੇਖੋ ਮਾਸ਼ਾਅੱਲਾ ਜਨਾਬ ਵੀਰ ਜੀ ਇਹ ਕਬੂਤਰ ਜਿੱਥੋਂ ਆਏ ਨੇ ਉਹਨਾਂ ਦਾ ਆਪਸ ਵਿੱਚ ਕੋਈ ਰੌਲਾ ਬਣੇ ਜਾਂ ਨਸੇ ਭੱਜੇ ਨੇ ਪਿੱਛੇ 2 ਦਿਨ ਫਾਕੇ ਦੇ ਕਬੂਤਰ ਨੇ ਵੀਰ ਜੀ ਇਹਨੇ ਹੁਣ ਇਹ ਕਬੂਤਰ ਦੇਖੋ ਮਾਸ਼ਾਅੱਲਾ ਜੀ ਇਹ 20 ਪੀਸ ਹੋ ਗਏ ਜਨਾਬ ਅਗਰ ਖਾਲੀ ਇਹ 20 ਪੀਸ ਲੈਣੇ ਹੋਣ ਤਾਂ 700 ਰੁਪਏ ਪਰ ਨੇ ਭਾਈ ਮੁਨਾਸਬ ਰੇਟ 700 ਰੁਪਏ ਪਰ ਠੀਕ ਹੈ ਅਤੇ ਇਹ ਦੇਖੋ ਮਾਸ਼ਾਅੱਲਾ ਦੂਸਰੇ ਜਨਾਬ ਤੁਹਾਨੂੰ ਮੈਂ ਸ਼ੋਅ ਕਰਵਾਉਂਦਾ ਕਬੂਤਰ ਥੱਲੇ ਕਰ ਲਓ ਵੀ ਲਓ ਹਾਂ ਸਰ ਜੀ ਇਹ ਜਨਾਬ ਉਹਨਾਂ ਦੇ ਉੱਡੇ ਉੱਡ ਆਏ ਨੇ 2 ਪੀਸ ਪਤਾ ਨਹੀਂ ਹੁਣ ਇਹ ਮਾਦੀ ਹੈ ਮੇਰੇ ਖਿਆਲ ਨਾਲ ਉਹ ਮਾਦੀ ਹੈ ਅਤੇ ਇਹ ਨਾਰੇ ਬੜਾ ਤਗੜਾ ਕਬੂਤਰ ਹੈ ਕਬੂਤਰ ਦੇਖੋ ਮਾਸ਼ਾਅੱਲਾ ਜਨਾਬ 2 ਪੀਸ ਹੋ ਗਏ ਜਨਾਬ ਇਹ ਤੀਸਰਾ ਪੀਸ ਵੀ ਦੇਖੋ ਮਾਸ਼ਾਅੱਲਾ ਜੀ ਅੱਖ ਨੋਟਿਸ ਖੈਰ ਹੈ ਚੀਜ਼ ਨਜ਼ਰ ਆ ਜਾਂਦੀ ਹੈ ਬੜੀ ਕਮਾਲ ਦੇ ਪੁਰਾਣੇ ਇੰਡੀਅਨ ਕਬੂਤਰ ਹੈ ਵੀਰ ਜੀ ਹੁਣ ਇਹ ਵੇਖੋ ਫਿਰੋਜ਼ਪੁਰੀ ਪੱਠਾ ਮਾਸ਼ਾਅੱਲਾ ਜੀ ਛੱਡੋ ਜੀ ਇਹ ਨਜ਼ਰ ਮਾਰੋ ਫਿਰੋਜ਼ਪੁਰੀ ਪੱਠਾ ਜੀ ਤੁਹਾਨੂੰ ਦੱਸਿਆ ਕਿ ਵੀਰ ਜੀ ਕਬੂਤਰ ਖੱਜਲ ਹੋਏ 2-3 ਦਿਨ ਤੋਂ ਨਾ ਇਹਨਾਂ ਨੂੰ ਭੁੱਖਾਂ ਦੀਆਂ ਮਾਰਨ ਉਹ ਆਪ ਨਸ ਭੱਜ ਵਿੱਚ ਇਹ ਵੇਖੋ ਮਾਸ਼ਾਅੱਲਾ ਜਿਸ ਟਾਈਮ ਇਨਸਾਨ 'ਤੇ ਮੁਸੀਬਤ ਬਣਦੀ ਹੈ ਨਾ ਇਹ ਵੇਖੋ ਅਸੀਂ ਲੇਟ ਪਹੁੰਚੇ ਹਾਂ ਵਿੱਚੋਂ ਜਿੱਥੇ ਤੱਕ ਸਾਨੂੰ ਸ਼ੱਕ ਹੈ ਨਾ ਉਹ ਆਉਂਦੇ ਨਾ ਕਿ ਅਸੀਂ ਖਾਲੀ ਉੱਡਣ ਵਾਲੇ ਕਬੂਤਰ ਖੜ੍ਹੇ ਉਹਨਾਂ ਨੇ ਕਬੂਤਰ ਵਿੱਚੋਂ ਹੋਰ ਵੀ ਕੁਝ ਖੜ੍ਹੇ ਨਾ ਇਹ ਵੇਖੋ ਉਹਨਾਂ ਮਰਜ਼ੀ ਦੇਖੋ ਮਾਸ਼ਾਅੱਲਾ ਇਹ ਕਬੂਤਰ ਦੇਖੋ ਲੇਕਿਨ ਕਬੂਤਰ ਕਿਸੇ ਬਣਾਏ ਸਨ ਸਹੀ ਕਾਰਾਮਦ ਕਿਸੇ ਕਬੂਤਰ ਬਣਾਏ ਸਨ ਇਹ ਵੇਖੋ ਮਾਸ਼ਾਅੱਲਾ ਅਤੇ ਹੁਣ ਇਹ ਕਬੂਤਰ ਦੇਖਿਓ ਇਹੋ ਜਿਹਾ ਕਬੂਤਰ ਵੀਰ ਜੀ ਮੈਂ ਅਗਰ ਜੋੜਾ ਵੀ ਲਗਾਉਣ ਨਾ ਤਾਂ 2500-3000-3500 ਥੱਲੇ ਨਹੀਂ ਲਗਾਈਦਾ ਲੇਕਿਨ ਮੈਂ ਇਕੱਠੇ ਆਏ ਭਰਾਵਾਂ ਨੂੰ ਇਕੱਠੇ ਦੇ ਦਿੰਦੇ ਹਾਂ ਇਹ ਪੱਠਾ ਦੇਖੋ ਮਾਸ਼ਾਅੱਲਾ ਜਨਾਬ ਇਹ ਨਜ਼ਰ ਮਾਰੋ ਹੁਣ ਇਹ ਕਬੂਤਰ ਦੇਖੋ ਮਾਸ਼ਾਅੱਲਾ ਵੀਰ ਜੀ ਜਿਸ ਬੰਦੇ ਨੇ ਸੈਟਅਪ ਬਣਾਉਣਾ ਨਾ ਉਹਦੇ ਵਾਸਤੇ ਬੜੇ ਅੱਛੇ ਕਬੂਤਰ ਹਨ ਸਿਰਫ ਥੋੜ੍ਹੀ ਜਿਹੀ ਮਿਹਨਤ ਕਰਨੀ ਪਏਗੀ ਹੁਣ ਇਹ ਦੇਖੋ ਨੰਬਰ ਵਾਲੀ ਕੜੀ ਵਾਲੀ ਪੱਠੀ ਹੈ ਜੀ ਇਹ ਵੇਖੋ ਇਹ ਨਜ਼ਰ ਮਾਰੋ ਇਹ ਕਬੂਤਰ ਵੀ ਦੇਖੋ ਮਾਸ਼ਾਅੱਲਾ ਇਹ ਵੇਖੋ ਮਾਸ਼ਾਅੱਲਾ ਜੀ ਇਹ ਇਲਾਕੀ ਪੱਠੀ ਦੇਖੋ ਮਾਸ਼ਾਅੱਲਾ ਨਜ਼ਰ ਮਾਰੋ ਜਦੋਂ ਥੰਜ ਨਹੀਂ ਆਉਂਦੇ ਇਹ ਪੱਠਾ ਵੇਖੋ ਮਾਸ਼ਾਅੱਲਾ ਆਈਏ ਭਾਈ 3-4 ਦਿਹਾੜੇ ਤੋਂ ਖੱਜਲ ਹਨ ਕਬੂਤਰ 15 ਪੀਸ ਹੈ ਨੇ ਵੀਰ ਜੀ ਅਗਰ ਸਾਰੇ ਇਕੱਠੇ ਲਵੋ ਤਾਂ 650 ਰੁਪਏ ਪਰ ਅਗਰ ਖਾਲੀ ਇਹ ਲੈਣੇ ਹੋਣ ਇਹ 650 ਤੋਂ ਅਤੇ ਬਲਕਿ 600 ਤੋਂ ਦਿਆਂਗੇ 100 ਰੁਪਏ ਬਚਤ ਬੜੀ ਹੈ ਜੇ ਇਹ ਲੈਣੇ ਹੋਣ ਤਾਂ ਫਿਰ 700 ਤੋਂ ਠੀਕ ਹੈ ਜੀ ਇਜਾਜ਼ਤ ਦਿਓ ਦੁਆਵਾਂ ਯਾਦ ਰੱਖਿਓ ਅੱਲਾ ਹਾਫਿਜ਼